ਮਾਨਸਾ ਪੁਲਿਸ ਵੱਲੋਂ ਇਹ ਧਮਕੀ ਦੇਕਰ 30 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਨੂੰ ਬਹੁਤ ਛੇਤੀ ਅਸੀਂ ਟਰੇਸ ਕਰਕੇ ਔਰ ਮੁਲਜ਼ਮ ਨੂੰ ਫੜਨ ਦੇ ਵਿੱਚ ਅਸੀਂ ਸਫਲਤਾ ਹਾਸਿਲ ਕੀਤੀ ਗਈ ਹੈਗੀ। ਜੋ ਮੈਟਰ ਉਹ ਇੱਦਾਂ ਹੈਗਾ ਕਿ ਜੋ ਮਨਜਿੰਦਰ ਸਿੰਘ ਹੈਗਾ ਮਾਖਾ ਮਾਨਸਾ ਦਾ ਰਹਿਣ ਵਾਲਾ ਹੈਗਾ, ਇਹ ਇੱਕ ਬੁੱਕ ਸੈਲਰ ਦਾ ਕੰਮ ਕਰਦਾ ਹੈਗਾ। ਇਸਨੂੰ 28th ਆਫ ਅਗਸਤ ਸੇ ਲਗਾਤਾਰ ਇੱਕ ਫੋਰਨ ਨੰਬਰ ਸੇ ਇਸਕੋ ਫਿਰੌਤੀ ਮੰਗਣੇ ਕੀ ਕਾਲ ਆ ਰਹੀ ਸੀ, ਜਿਹਦੇ ਵਿੱਚ ਜੋ ਬੰਦਾ ਸੀ ਉਹ ਇਹ ਕਹਿੰਦਾ ਸੀ ਕਿ ਜਾਂ ਤਾਂ ਤੁਸੀਂ ਸਾਨੂੰ 30 ਲੱਖ ਰੁਪਏ ਦੇ ਦਿਓ, ਅਦਰਵਾਈਜ਼ ਇਨਕੇ ਜੋ ਦੋਨੇ ਮੁੰਡੇ ਸੀ ਉਹਨਾਂ ਦਾ ਨਾਮ ਲੈ ਕੇ ਔਰ ਧਮਕੀ ਦਿੰਦਾ ਸੀ ਉਹਨਾਂ ਨੂੰ ਅਸੀਂ ਮਾਰ ਦੇਵਾਂਗੇ ਉਹਨਾਂ ਨੂੰ। ਤਾਂ ਸਾਡੀ SPD ਸਾਹਿਬ, DSP ਮਾਨਸਾ ਔਰ ਇੰਚਾਰਜ CIA ਔਰ SHO ਸਦਰ ਕੀ ਟੀਮ ਨੇ ਪ੍ਰੋਮਪਟਲੀ ਐਕਸ਼ਨ ਕਰਕੇ FIR ਰਜਿਸਟਰ ਕਰਕੇ ਔਰ ਟੈਕਨੀਕਲੀ ਜਿਤਨੇ ਵੀ ਸਾਡੇ ਜੋ ਟੈਕਨੀਕਲ ਟੂਲ ਹੈ ਉਹਨਾਂ ਦੇ ਮਾਧਿਅਮ ਰਾਹੀਂ ਇਸ ਨੂੰ ਅਸੀਂ ਟਰੇਸ ਕਰਨ ਦੇ ਵਿੱਚ ਸਫਲ ਹਾਸਿਲ ਹੈ। ਔਰ ਜੋ ਅਕਿਊਜ਼ ਹੈਗਾ ਹਰਜਿੰਦਰ ਸਿੰਘ, ਇਹ ਕੋਟਫੱਤਾ ਬਠਿੰਡਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈਗਾ, 21 ਸਾਲ ਦਾ ਮੁੰਡਾ ਹੈਗਾ, ਇਹ BA ਦੀ ਪੜ੍ਹਾਈ ਕਰਦਾ ਹੈਗਾ। ਇਹਨੂੰ ਅਸੀਂ ਫੜ ਕੇ ਔਰ ਅਰੈਸਟ ਇਸਕੀ ਡਾਲ ਲਈ ਹੈਗੀ। ਬੇਸਿਕਲੀ ਇਹ ਥਰੂ ਫੇਸਬੁੱਕ ਗੈਂਗਸਟਰਾਂ ਨੂੰ ਫੋਲੋ ਕਰਦਾ ਸੀ ਔਰ ਰਾਤੋ ਰਾਤ ਅਮੀਰ ਬਣਨ ਦੇ ਚੱਕਰ ਦੇ ਵਿੱਚ ਔਰ ਇਹ ਇਸਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈਗਾ। ਇਸਕਾ ਕੋਈ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਅਭੀ ਤੱਕ ਨਹੀਂ ਹੈਗਾ। ਕਿਹੜੇ ਗੈਂਗਸਟਰਾਂ ਨੂੰ ਜਿਹੜਾ ਫੋਲੋ ਕਰਦਾ? ਇਹ ਸਾਰੇ ਹੀ ਫੇਸਬੁੱਕ ਦੇ ਰਾਹੀਂ ਇਸਨੂੰ ਜੋ ਵੀ ਗੈਂਗਸਟਰ ਜੋ ਇਸਕੋ ਜੋ ਲਾਈਕ ਜਿਨ੍ਹਾਂ ਨੂੰ ਇਹ ਲਾਈਕ ਕਰਦਾ ਸੀ ਉਹਨਾਂ ਨੂੰ ਫੋਲੋ ਕਰਦਾ ਸੀ। ਸਰ ਪਰਟੀਕੁਲਰ ਐਸਾ ਨਹੀਂ ਕਿ ਭਾਈ ਇੱਕ ਹੀ ਕੋਈ ਗੈਂਗਸਟਰ ਨੂੰ ਇਹ ਫੋਲੋ ਕਰਦਾ ਸੀ, ਫੇਸਬੁੱਕ ਰਾਹੀਂ ਇਸਨੂੰ ਜਿਹੜੇ ਵੀ ਗੈਂਗਸਟਰਾਂ ਨੂੰ ਜੇ ਸਮਝਦਾ ਸੀ ਇਹਨੂੰ ਕੋਈ ਇੰਸਪੀਰੇਸ਼ਨ ਮਿਲਦੀ ਸੀ ਤਾਂ ਉਹਨਾਂ ਨੂੰ ਇਹ ਫੋਲੋ ਕਰਦਾ। ਸਰ ਕੀ ਮਾਖੇ ਦਾ ਜਿਹਨੂੰ ਫੋਨ ਕੀਤਾ ਹੈ ਉਹਦਾ ਸਟੇਟਸ ਕੀ ਹੈ, ਉਹ ਕੀ ਬਿਜ਼ਨਸ ਕਰਦਾ, ਕਿਉਂ ਉਹ ਤੋਂ? ਬੇਸਿਕਲੀ ਬੁੱਕ ਸੈਲਰ ਦਾ ਕੰਮ ਕਰਦਾ ਹੈਗਾ। ਅਸੀਂ ਜੋ ਸਾਡੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਇਹ ਵੀ ਆਏਗਾ ਕਿ ਜੋ ਬੁੱਕ ਸੈਲਰ ਹੈਗਾ ਔਰ ਅਕਿਊਜ਼ ਹੈਗਾ ਆਪਸ ਦੇ ਵਿੱਚ ਰਿਸ਼ਤੇਦਾਰ ਵੀ ਹੈਗੇ, ਰਿਲੇਟਿਵ ਹੈਗੇ, ਇਹ ਡਿਸਟੈਂਟ ਦੂਰ ਕੇ ਰਿਲੇਸ਼ਨ ਦੇ ਵਿੱਚ ਵੀ ਹੈਗੇ। ਸਰ ਕੀ ਕੁਛ ਪ੍ਰਾਪਤ ਹੋਇਆ ਇਹਦੇ ਵਿੱਚ? ਜਿਸ ਮੋਬਾਈਲ ਰਾਹੀਂ ਇਸਨੇ ਜੋ ਐਕਸਟੋਰਸ਼ਨ ਕਾਲ ਕੀਤੀ ਸੀ, ਜੋ ਚੈਟ ਵਗੈਰਾ ਕੀਤੀ ਸੀ ਵਟਸਐਪ ਰਾਹੀਂ, ਉਹ ਮੋਬਾਈਲ ਅਸੀਂ ਰਿਕਵਰ ਕਰ ਲਿਆ। ਉਹਦੇ ਵਿੱਚ ਸਾਰੀ ਚੀਜ਼ ਆਲਰੇਡੀ ਹੈਗੀ ਇਹਦੇ ਵਿੱਚ। ਪਹਿਲੀ ਵਾਰ ਫਿਰੌਤੀ ਮੰਗੀ ਹੈ ਤਾਂ ਹੋਰ ਤੋਂ? ਇਸਨੇ ਪਹਿਲੀ ਵਾਰ ਹੀ ਕੀਤੀ ਹੈ ਜੀ, ਇਸਨੇ ਇਸਕਾ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਕੋਈ ਵੀ ਨਹੀਂ ਹੈਗਾ। ਅਭੀ ਐਜ ਆਫ ਨਾਓ ਡਿਟੇਲ ਅਸੀਂ ਇੰਟਰੋਗੇਸ਼ਨ ਕਰ ਰਹੇ ਹੈਗੇ। ਉਹਦੇ ਵਿੱਚ ਅਗਰ ਮੰਨ ਲਓ ਕੋਈ ਪਹਿਲੀ ਵੀ ਕੋਈ ਵਾਰਦਾਤ ਕੀਤੀ ਔਰ ਉਹ ਸਾਹਮਣੇ ਵੀ ਆ ਸਕਦੀ। ਸਰ ਕਿਸੇ ਹੋਰ ਦੀ ਵਿੱਚ ਹੋਰ ਹੋਣ ਦੀ ਸੰਭਾਵਨਾ ਹੈ? ਐਜ ਆਫ ਨਾਓ ਨਹੀਂ ਹੈ ਜੀ। ਇਹ ਸਟੂਡੈਂਟ ਸਰ ਕਿਹੜੀ ਕਲਾਸ ਦਾ ਹੈਗਾ? BA ਦੇ ਵਿੱਚ ਪੜ੍ਹਾਈ ਕਰਦਾ ਹੈ। ਮਾਨਸਾ ਪੁਲਿਸ ਵੱਲੋਂ ਇਹ ਧਮਕੀ ਦੇਕਰ 30 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਨੂੰ ਬਹੁਤ ਛੇਤੀ ਅਸੀਂ ਟਰੇਸ ਕਰਕੇ ਔਰ ਮੁਲਜ਼ਮ ਨੂੰ ਫੜਨ ਦੇ ਵਿੱਚ ਅਸੀਂ ਸਫਲਤਾ ਹਾਸਿਲ ਕੀਤੀ ਗਈ ਹੈਗੀ। ਜੋ ਮੈਟਰ ਉਹ ਇੱਦਾਂ ਹੈਗਾ ਕਿ ਜੋ ਮਨਜਿੰਦਰ ਸਿੰਘ ਹੈਗਾ ਮਾਖਾ ਮਾਨਸਾ ਦਾ ਰਹਿਣ ਵਾਲਾ ਹੈਗਾ, ਇਹ ਇੱਕ ਬੁੱਕ ਸੈਲਰ ਦਾ ਕੰਮ ਕਰਦਾ ਹੈਗਾ। ਇਸਨੂੰ 28th ਆਫ ਅਗਸਤ ਸੇ ਲਗਾਤਾਰ ਇੱਕ ਫੋਰਨ ਨੰਬਰ ਸੇ ਇਸਕੋ ਫਿਰੌਤੀ ਮੰਗਣੇ ਕੀ ਕਾਲ ਆ ਰਹੀ ਸੀ, ਜਿਹਦੇ ਵਿੱਚ ਜੋ ਬੰਦਾ ਸੀ ਉਹ ਇਹ ਕਹਿੰਦਾ ਸੀ ਕਿ ਜਾਂ ਤਾਂ ਤੁਸੀਂ ਸਾਨੂੰ 30 ਲੱਖ ਰੁਪਏ ਦੇ ਦਿਓ, ਅਦਰਵਾਈਜ਼ ਇਨਕੇ ਜੋ ਦੋਨੇ ਮੁੰਡੇ ਸੀ ਉਹਨਾਂ ਦਾ ਨਾਮ ਲੈ ਕੇ ਔਰ ਧਮਕੀ ਦਿੰਦਾ ਸੀ ਉਹਨਾਂ ਨੂੰ ਅਸੀਂ ਮਾਰ ਦੇਵਾਂਗੇ ਉਹਨਾਂ ਨੂੰ। ਤਾਂ ਸਾਡੀ SPD ਸਾਹਿਬ, DSP ਮਾਨਸਾ ਔਰ ਇੰਚਾਰਜ CIA ਔਰ SHO ਸਦਰ ਕੀ ਟੀਮ ਨੇ ਪ੍ਰੋਮਪਟਲੀ ਐਕਸ਼ਨ ਕਰਕੇ FIR ਰਜਿਸਟਰ ਕਰਕੇ ਔਰ ਟੈਕਨੀਕਲੀ ਜਿਤਨੇ ਵੀ ਸਾਡੇ ਜੋ ਟੈਕਨੀਕਲ ਟੂਲ ਹੈ ਉਹਨਾਂ ਦੇ ਮਾਧਿਅਮ ਰਾਹੀਂ ਇਸ ਨੂੰ ਅਸੀਂ ਟਰੇਸ ਕਰਨ ਦੇ ਵਿੱਚ ਸਫਲ ਹਾਸਿਲ ਹੈ। ਔਰ ਜੋ ਅਕਿਊਜ਼ ਹੈਗਾ ਹਰਜਿੰਦਰ ਸਿੰਘ, ਇਹ ਕੋਟਫੱਤਾ ਬਠਿੰਡਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈਗਾ, 21 ਸਾਲ ਦਾ ਮੁੰਡਾ ਹੈਗਾ, ਇਹ BA ਦੀ ਪੜ੍ਹਾਈ ਕਰਦਾ ਹੈਗਾ। ਇਹਨੂੰ ਅਸੀਂ ਫੜ ਕੇ ਔਰ ਅਰੈਸਟ ਇਸਕੀ ਡਾਲ ਲਈ ਹੈਗੀ। ਬੇਸਿਕਲੀ ਇਹ ਥਰੂ ਫੇਸਬੁੱਕ ਗੈਂਗਸਟਰਾਂ ਨੂੰ ਫੋਲੋ ਕਰਦਾ ਸੀ ਔਰ ਰਾਤੋ ਰਾਤ ਅਮੀਰ ਬਣਨ ਦੇ ਚੱਕਰ ਦੇ ਵਿੱਚ ਔਰ ਇਹ ਇਸਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈਗਾ। ਇਸਕਾ ਕੋਈ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਅਭੀ ਤੱਕ ਨਹੀਂ ਹੈਗਾ।
ਕਿਹੜੇ ਗੈਂਗਸਟਰਾਂ ਨੂੰ ਜਿਹੜਾ ਫੋਲੋ ਕਰਦਾ ਇਹ ਸਾਰੇ ਹੀ ਫੇਸਬੁੱਕ ਦੇ ਰਾਹੀਂ ਇਸਨੂੰ ਜੋ ਵੀ ਗੈਂਗਸਟਰ ਜੋ ਇਸਕੋ ਜੋ ਲਾਈ ਜਿਹਨਾਂ ਨੂੰ ਇਹ ਲਾਈਕ ਕਰਦਾ ਸੀ ਉਹਨਾਂ ਨੂੰ ਫੋਲੋ ਕਰਦਾ ਸੀ ਸਰ ਪਰਟੀਕੁਲਰ ਐਸਾ ਨਹੀਂ ਕਿ ਭਾਈ ਇੱਕ ਹੀ ਕੋਈ ਗੈਂਗਸਟਰ ਨੂੰ ਇਹ ਫੋਲੋ ਕਰਦਾ ਸੀ ਫੇਸਬੁੱਕ ਰਾਹੀਂ ਇਸਨੂੰ ਜਿਹੜੇ ਵੀ ਗੈਂਗਸਟਰਾਂ ਨੂੰ ਜੇ ਸਮਝਦਾ ਸੀ ਇਹਨੂੰ ਕੋਈ ਇੰਸਪੀਰੇਸ਼ਨ ਮਿਲਦੀ ਸੀ ਉਹਨਾਂ ਨੂੰ ਵੀ ਫੋਲੋ ਕਰ ਸਰ ਕੀ ਮਾਖੇ ਦਾ ਜਿਹਨੂੰ ਫੋਨ ਕੀਤਾ ਉਹਦਾ ਸਟੇਟਸ ਕੀ ਹੈ ਉਹ ਕੀ ਬਿਜ਼ਨਸ ਕਰਦਾ ਕਿਉਂ ਉਹ ਤੋਂ ਇੰਨੀ ਬੇਸਿਕਲੀ ਬੁੱਕ ਸੈਲਰ ਦਾ ਕੰਮ ਕਰਦਾ ਹੈਗਾ ਅਸੀਂ ਜੋ ਸਾਡੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਇਹ ਵੀ ਆਏਗਾ ਕਿ ਜੋ ਬੁੱਕ ਸੈਲਰ ਹੈਗਾ ਔਰ ਅਕਿਊਜ ਹੈਗਾ ਆਪਸ ਦੇ ਵਿੱਚ ਰਿਸ਼ਤੇਦਾਰ ਵੀ ਹੈਗੇ ਰਿਲੇਟਿਵ ਹੈਗੇ ਇਹ ਡਿਸਟੈਂਟ ਦੂਰ ਕੇ ਰਿਲੇਸ਼ਨ ਦੇ ਵਿੱਚ ਵੀ ਹੈਗੇ ਸਰ ਕੀ ਕੁਛ ਪ੍ਰਾਪਤ ਹੋਇਆ ਇਹਦੇ ਵਿੱਚ ਜਿਸ ਮੋਬਾਈਲ ਰਾਹੀਂ ਇਸਨੇ ਜੋ ਐਕਸਟੋਰਸ਼ਨ ਕਾਲ ਕੀਤੀ ਸੀ ਜੋ ਚੈਟ ਵਗੈਰਾ ਕੀਤੀ ਸੀ ਵਟਸਐਪ ਰਾਹੀਂ ਉਹ ਮੋਬਾਈਲ ਅਸੀਂ ਰਿਕਵਰ ਕਰ ਲਿਆ ਉਹਦੇ ਵਿੱਚ ਸਾਰੀ ਚੀਜ਼ ਆਲਰੇਡੀ ਹੈਗੀ ਇਹਦੇ ਵਿੱਚ ਪਹਿਲੀ ਵਾਰ ਫਰੋਤੀ ਮੰਗੀ ਹੈ ਤਾਂ ਹੋਰ ਤੋਂ ਇਸਨੇ ਪਹਿਲੀ ਵਾਰ ਹੀ ਕੀਤੀ ਹੈ ਜੀ ਇਸਨੇ ਇਸਕਾ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਕੋਈ ਵੀ ਨਹੀਂ ਹੈ ਅਭੀ ਐਜ ਆਫ ਨਾਓ ਡਿਟੇਲ ਅਸੀਂ ਇੰਟਰੋਗੇਸ਼ਨ ਕਰ ਰਹੇ ਹੈਗੇ ਉਹਦੇ ਵਿੱਚ ਅਗਰ ਮੰਨ ਲਓ ਕੋਈ ਪਹਿਲੀ ਵੀ ਕੋਈ ਵਾਰਦਾਤ ਕੀਤੀ ਔਰ ਉਹ ਸਾਹਮਣੇ ਵੀ ਆ ਸਕਦੀ ਸਰ ਕਿਸੇ ਹੋਰ ਦੀ ਵਿੱਚ ਹੋਰ ਹੋਣ ਦੀ ਸੰਭਾਵਨਾ ਐਜ ਆਫ ਨਾਓ ਨਹੀਂ ਹੈ ਜੀ ਇਹ ਸਟੂਡੈਂਟ ਸਰ ਕਿਹੜੀ ਕਲਾਸ ਦਾ ਹੈ ਬੀਏ ਦੇ ਵਿੱਚ ਪੜ੍ਹਾਈ ਕਰਦਾ ਹੈ